ਜਦੋਂ ਕੋਈ ਕਾਰ ਲੰਘਣੀ ਨਾ, ਕਾਰ ਦੇ ਪਿੱਛੇ ਕੋਈ ਜਿਹੜਾ ਬੰਦਾ ਬੈਠਾ ਹੁੰਦਾ ਸੀ, ਮੇਰੇ ਕੋਲ ਤਾਂ ਕਾਰ ਹੈ ਨਹੀਂ ਸੀਗੀ ਜੀ, ਅਤੇ ਕਾਰਾਂ ਸਾਡੇ ਘਰਾਂ 'ਚ ਵੀ ਹੈ ਨਹੀਂ ਸੀਗੀਆਂ, ਤਾਂ ਮੈਂ ਕਹਿੰਦਾ ਹੁੰਦਾ ਸੀ ਰੱਬਾ ਇੰਨਾ ਖਮੀਰ ਬਣਾ ਦੇ। ਮੈਨੂੰ ਕਰੋੜਾਂ ਰੁਪਇਆਂ ਨਾਲੋਂ ਬੰਦੇ ਦੀ ਪਿਆਰ ਨਾਲ ਖਵਾਈ ਹੋਈ ਦਾਲ ਬੜੀ ਵਧੀਆ ਵਧੀਆ ਲੱਗ ਜਾਂਦੀ ਹੈ ਕਿ ਵੀ ਨਹੀਂ, ਔਰ ਬੰਦਾ ਮੈਨੂੰ ਬੜਾ, ਮੈਂ ਬਹੁਤ ਛੇਤੀ ਗੱਲਾਂ 'ਚ ਆਉਣ ਨਾਲ, ਮੈਨੂੰ ਮੈਂ 5-7 ਮਿੰਟ ਦਾ ਹੀ ਬੰਦਾ ਜੀ, 5-7 ਮਿੰਟ ਮੈਨੂੰ ਕੋਈ ਪਿਆਰ ਨਾਲ ਬੋਲ ਪਏ 100% ਜਿਹੜਾ ਲੈ ਕੇ ਆਇਆ, ਚਾਹੇ ਐਕਟਿੰਗ ਹੀ ਕਰਦਾ ਹੋਵੇ ਮੈਂ ਉਹਦੇ ਬਹਾ 'ਚ ਬਹਿ ਜੂੰਗਾ। ਅਤੇ ਅੱਜ ਕੱਲ੍ਹ ਦੇ ਲੋਕ ਲਿੰਕ ਬਣਾਉਂਦੇ ਨੇ, ਰਿਸ਼ਤਾ ਨਹੀਂ ਬਣਾਉਂਦੇ, ਉਹ ਫਰਕ ਪਿਆ। ਆਈਸੋਲੇਟ ਹੋ ਗਏ ਪਰ ਦਿਲ ਬੜੇ ਛੋਟੇ ਕਰ ਲਏ, ਦਿਲ ਅਤੇ ਦਿਮਾਗ ਵੱਡੇ ਕਰ ਲਏ, ਸ਼ਰਾਰਤ ਆ ਗਈ, ਦਿਲ ਬੜੇ ਛੋਟੇ ਕਰ ਲਏ ਅਸੀਂ। ਮੈਂ ਔਨੈਸ ਗੱਲਾਂ ਕਰ ਰਿਹਾ, ਬਲੰਟ ਤੁਹਾਡੇ ਕੋਲ ਕੀਤੀਆਂ ਨੇ, ਮੈਂ ਕੀਤੀਆਂ ਨਹੀਂ ਕਿਸੇ ਕੋਲ। ਜਦੋਂ ਦੋ ਕੁੜੀਆਂ ਹੋ ਜਾਂਦੀਆਂ ਹੈ ਨਾ, ਜਦੋਂ ਮੁੰਡਾ ਘਰ ਆਵੇ ਤੇ ਕਹਿੰਦੇ ਆ ਕਿ ਬੜੀ ਖੁਸ਼ੀ ਹੈ ਹੈ ਨਾ, ਕੁੜੀ ਆ ਜਾਵੇ, ਹੁਣ ਕੁੜੀ ਆ ਜਾਵੇ ਤਾਂ ਫੈਮਿਲੀ ਕੰਪਲੀਟ ਆ। ਬਟ ਜਦੋਂ ਦੁਬਾਰਾ ਅਗਰ ਇੱਕ ਕੁੜੀ ਆ ਗਈ, ਦੁਬਾਰਾ ਕੁੜੀ ਆ ਜਾਵੇ, ਫਿਰ ਕਹਿੰਦੇ ਆ ਹਾਂ ਫੈਮਿਲੀ ਕੰਪਲੀਟ ਕਰੋ ਹੈ ਨਾ। ਜਾਂ ਫਿਰ ਮੈਂ ਤਾਂ ਸੋਸਾਇਟੀ ਦੇ ਵਿੱਚ ਇਦਾਂ ਵੀ ਸੁਣਿਆ ਕਿ ਭਾਈ ਤੁਸੀਂ ਫਲਾਣੇ ਥਾਂ ਤੋਂ ਦਵਾਈ ਕੋਈ ਲੈ ਲਓ, ਮਿਲਦੀ ਹੈ। ਤੇ ਮੈਨੂੰ ਕਈ ਸਾਡੇ ਰਿਸ਼ਤੇਦਾਰ, ਇੱਕ ਦੋ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਕਿਹਾ ਵੀ ਜਿੱਦਣ ਬੇਟੀ ਹੋਈ ਤਾਂ ਫੋਨ ਆਏ ਮੈਨੂੰ, ਕਹਿੰਦੇ ਜੇ ਰੱਬ ਚੱਜ ਦੀ ਚੀਜ਼ ਦੇ ਦਿੰਦਾ, ਕਹਿੰਦੇ ਬਹੁਤ ਵਧੀਆ ਸੀਗਾ। ਤੇ ਤੁਸੀਂ ਯਕੀਨ ਮੰਨਿਓ, ਉਦੋਂ ਬਾਅਦ ਮੈਂ ਬੁਲਾਏ ਨਹੀਂ ਹੈਗੇ ਜੀ, ਅੱਜ ਤਾਈਂ ਬੁਲਾਏ। ਤੁਸੀਂ ਕੈਨੇਡਾ ਦੇ ਪੀਆਰ ਹੋ? ਯੈਸ ਯੈਸ। ਤੁਹਾਡਾ ਕਿਉਂ ਫੈਸਲਾ ਸੀ ਉੱਥੇ ਜਾ ਕੇ ਵਸਣ ਦਾ? ਮੈਂ ਜੇ ਕਰਮਜੀਤ ਬਾਰੇ ਇੱਕ ਸਿੰਪਲ ਜੀ ਗੱਲ ਦੱਸਦਾ ਜੀ, ਕਰਮਜੀਤ ਕਿਸੇ ਵੀ ਪਾਰਟੀ ਤੋਂ ਹੁੰਦਾ, ਮੈਂ ਤਾਂ ਵੀ ਜਾਣਾ ਸੀ, ਭਰਾ ਹੀ ਕਹਿ ਤਾ ਜਦ। ਪਰ ਉਹੀ ਗੱਲ ਵੀ ਜਿਹੜਾ ਸਕ੍ਰਿਪਟ ਰਾਈਟਰ ਹੈ, ਜਿਹੜਾ ਪ੍ਰੋਡਿਊਸਰ ਹੈ ਔਰ ਜਿਹੜਾ ਡਾਇਰੈਕਟਰ ਹੈ, ਸਭ ਤੋਂ ਪਹਿਲਾਂ ਉਹ ਦਿਲਜੀਤ ਨਾਲ ਕੰਮ ਕਰਨਾ ਚਾਹੁੰਦਾ, ਸਭ ਤੋਂ ਪਹਿਲੀ ਸਕ੍ਰਿਪਟ ਦਿਲਜੀਤ ਕੋਲ, ਵੀਰ ਕੋਲ ਲੈ ਕੇ ਜਾਂਦਾ ਅਗਲਾ। ਤਾਂ ਫਿਰ ਉਹ 2 ਸਾਲ ਜੋ 3 ਸਾਲ ਉਹਦੇ ਕੋਲ ਟਾਈਮ ਨਹੀਂ ਮਿਲਦਾ, ਫਿਰ ਲੈ ਕੇ ਆਉਂਦਾ ਉਹ ਐਮੀ ਵੀਰ ਕੋਲ, ਫਿਰ ਉਦੋਂ ਬਾਅਦ ਜਦੋਂ 1 ਸਾਲ ਉੱਥੇ ਕਸਾਈ ਕਰਕੇ ਫਿਰ ਜਾਂਦੇ ਨੇ ਉਹਦੇ ਕੋਲ, ਆਪਣੇ ਅਮਰਿੰਦਰ ਗਿੱਲ ਹੋਣਾ ਕੋਲ, ਉੱਥੋਂ ਜਦੋਂ ਪਤਾ ਹੀ ਲੱਗਦਾ ਫਿਰ ਆਉਂਦੇ ਨੇ ਆਪਣੇ ਗਿੱਪੀ ਕੋਲ, ਜਦੋਂ ਚਾਰ ਪੰਜ ਸਾਲ ਲੱਗਦੇ ਨੇ, ਫਿਰ ਮੇਰੇ ਕੋਲ ਆ ਕਹਿੰਦੇ ਨੇ ਇਹ ਸਕ੍ਰਿਪਟ ਤੇਰੇ ਵਾਸਤੇ ਲਿਖੀ ਹੈ। ਦਲਜੀਤ ਵੀਰ ਤਾਂ ਹੁਣ ਚਲੋ ਉੱਧਰ ਹੀ ਬਾਲੀਵੁੱਡ ਵਾਲੇ ਪਾਸੇ ਬਿਜ਼ੀ ਨੇ, ਅਤੇ ਉਹ ਬਹੁਤ ਘੱਟ ਕੰਮ ਕਰਦੇ ਨੇ, ਚੁਣਿੰਦਾ ਹੀ ਕੰਮ ਕਰਦੇ ਨੇ, 1-2 ਪ੍ਰੋਡਿਊਸਰਾਂ ਨਾਲ ਹੀ ਕੰਮ ਕਰਦੇ ਨੇ, ਹੈ ਨਾ। ਹੀ ਇਜ਼ ਡੂਇੰਗ ਵੈਰੀ ਗੁੱਡ ਐਂਡ ਪ੍ਰਾਊਡ ਆਫ ਹਿਮ, ਲਾਈਕ ਸਾਡੀ ਦਸਤਾਰ ਨੂੰ ਅਤੇ ਸਾਡੀ ਪੰਜਾਬੀਅਤ ਨੂੰ ਇਸ ਲੈਵਲ ਤੱਕ ਪਹੁੰਚਾਤਾ। ਵੀ ਸਿੰਪਲ ਐਗਜ਼ਾਮਪਲ ਦੱਸਦਾ ਜੀ, ਮੈਂ ਇੱਕ ਨਾਂ ਨਹੀਂ ਲੈਂਦਾ ਕਿਸੇ ਦਾ, ਇੱਕ ਦੇ ਬੰਦੇ ਕੋਲ ਫੋਨ ਆਇਆ, ਅਸੀਂ ਸਾਹਮਣੇ ਸਬੂਤ ਸੀ ਇੱਦਾਂ, ਵੱਡੇ ਆਰਟਿਸਟ ਦੀ ਗੱਲ ਕਰਦਾ, ਫੋਨ ਆਇਆ ਉਹਦੇ ਕੋਲ, ਮੈਂ ਨੰਬਰ ਵੀ ਪੜ੍ਹ ਲਿਆ ਵੀ ਕਿਹਦਾ ਹੈ ਕਰਕੇ, ਕਿੱਥੇ ਕਹਿੰਦਾ ਦਿਮਾਗ ਕੰਮ ਮੰਗਣਾ ਉਹ ਸਾਲਾ, ਗਾਲ ਵੀ ਨਾਲ ਥੋੜ੍ਹੀ ਜਿਹੀ ਗੱਡੀ, ਕਹਿੰਦੇ ਐਂ ਅਸੀਂ ਬੈਠੇ ਬੈਠੇ ਉਹ ਸਾਹਮਣੇ ਤੁਰਿਆ ਆਇਆ, ਸਾਹਮਣੇ ਅੱਖਾਂ ਦੇ ਮੂਹਰੇ ਆ ਗਿਆ ਉਹ, 1 ਮਿੰਟ ਬਾਅਦ ਹੀ ਉਹਨੇ ਬਾਹਰੋਂ ਫੋਨ ਕੀਤਾ ਹੋਣਾ, ਉਹ ਤੁਹਾਡੀ ਕਹਿੰਦਾ ਵੀਰੇ ਤੂੰ ਆਇਆ ਹੋਰ ਬਾਜ ਤਾਂ ਰੱਬ ਤੂੰ ਕੁਛ ਹੋਰ ਮੰਗ ਲੈਂਦੇ ਉਹ ਵੀ ਮਿਲ ਜਾਂਦਾ। ਲਿਖਿਆ ਸੀ ਵੀ ਇਸੇ 'ਚ ਹੀ ਖਾਣਾ ਜੀ, ਕਹਿੰਦਾ ਇਸੇ 'ਚ ਹੀ ਬਹਿਣਾ ਹੈ, ਵਾਹਿਗੁਰੂ ਨੇ ਉਸੇ ਨੂੰ ਭਾਗ ਲਾਏ ਨੇ, ਔਰ ਮਾੜੇ ਦਿਨ ਵੀ ਬੜੇ ਦਿਖਾਏ ਨੇ, ਚੰਗੇ ਵੀ ਦਿਖਾ ਦਿੱਤੇ। ਇਨ ਦਿਸ ਪੋਡਕਾਸਟ ਤੁਸੀਂ ਬੀਨੂ ਢਿੱਲੋਂ ਦੀ ਜ਼ਿੰਦਗੀ ਬਾਰੇ ਉਹ ਗੱਲਾਂ ਸੁਣਨ ਵਾਲੇ ਹੋ ਜੋ ਤੁਸੀਂ ਕਦੀ ਪਹਿਲਾਂ ਨਹੀਂ ਸੁਣੀਆਂ। ਮੈਂ ਤੁਹਾਨੂੰ ਇਹ ਬਿਲਕੁਲ ਗਰੰਟੀ ਨਾਲ ਤੁਹਾਨੂੰ ਸ਼ਰਤ ਲਾ ਕੇ ਕਹਿ ਸਕਦੀ ਹਾਂ। ਸੋ ਜੇਕਰ ਤੁਸੀਂ ਸੁਣਨੀ ਹੈ ਉਹ ਕਿੱਸੇ, ਉਹ ਗੱਲਾਂ ਕਿ ਬੀਨੂ ਢਿੱਲੋਂ ਦੀ ਜ਼ਿੰਦਗੀ ਨਾਲ ਜਾਂ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਬੀਤੀਆਂ ਜਾਂ ਉਹਨਾਂ ਦੇ ਸੋਸਾਇਟੀ ਦੇ ਵਿੱਚ ਵੱਖਰੀ ਵੱਖਰੀ ਚੀਜ਼ਾਂ ਨੂੰ ਲੈ ਕੇ ਕੀ ਪੁਆਇੰਟ ਆਫ ਵਿਊ ਹੈ, ਸੋ ਜ਼ਰੂਰ ਦੇਖੋ ਸਾਡਾ ਇਹ ਪੋਡਕਾਸਟ।